ਤੁਹਾਡੇ ਕਿੰਨੇ ਸਾਥੀ ਨੇ ਸਾਰੇ ਜਿਹੜੇ? ਅੱਜ ਤਾਂ ਇੱਥੇ ਤਕਰੀਬਨ 50 ਪਲੱਸ ਸਾਥੀ ਸਾਡੇ ਆਏ ਨੇ ਜੀ, ਸਾਰੇ ਆਏ ਨੇ ਇੱਥੇ, ਆਏ ਨੇ ਪਿੰਡ ਵਾਲੇ ਨਹੀਂ ਆਉਂਦੇ ਅਤੇ ਸਾਰੇ ਕੇਟਰਿੰਗ ਦਾ ਕੰਮ ਕਰਦੇ ਹੋ ਤੁਸੀਂ? ਹਾਂਜੀ, ਸਾਡੇ ਇਹ ਤਾਂ ਚਲੋ ਸਾਡੇ ਉੱਥੋਂ ਢੁਆਣੇ ਤੋਂ ਨੇ, ਸਾਡੇ ਪੜੋਸੀ ਨੇ। ਅੱਛਾ, ਅਤੇ ਬਾਕੀ ਸਾਡਾ ਸਾਰਾ ਕੇਟਰਿੰਗ ਦਾ ਸਟਾਫ ਹੈ ਜੀ। ਠੀਕ, ਇਹ ਵੈਸੇ ਢੁਆਣੇ ਤੋਂ ਆਏ? ਹਾਂਜੀ ਹਾਂ। ਚਲ, ਮੈਂ ਇਹ ਪੁੱਛਣਾ ਸੀਗਾ ਵੀ ਤੁਹਾਨੂੰ ਕਿਵੇਂ ਪਿੰਗਲਵਾੜੇ ਦਾ ਪਤਾ ਲੱਗਿਆ? ਸਾਨੂੰ ਮਤਾ ਜੀ ਐਂ ਸੀਗਾ ਵੀ ਦੇਖੋ, ਬਚਪਨ ਤੋਂ ਹਰਿਮੰਦਰ ਸਾਹਿਬ ਆਉਂਦੇ ਸਾਂ ਮੱਥਾ ਟੇਕਣ, ਅਤੇ ਸੁਣਦੇ ਸੀਗੇ ਵੀ ਪਿੰਗਲਵਾੜਾ ਸਾਹਿਬ ਅੰਮ੍ਰਿਤਸਰ ਹੈਗਾ, ਜਾਂ ਬੋਰਡ ਹੀ ਪੜ੍ਹਦੇ ਸੀਗੇ। ਬਹੁਤ ਵਾਰੀ ਪਹਿਲਾਂ ਵੀ ਕੋਸ਼ਿਸ਼ ਕੀਤੀ, ਇੱਕ ਵਾਰੀ ਅਸੀਂ ਪਹਿਲਾਂ ਵੀ ਆਏ ਸੀਗੇ ਕਰੋਨਾ ਟਾਈਮ, ਕਰੋਨਾ ਤੋਂ ਬਾਅਦ ਜਦੋਂ ਅਸੀਂ ਪਹਿਲੀ ਵਾਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸੀ, ਸਾਡੀ ਉਦੋਂ ਵੀ ਇੱਛਾ ਸੀ ਵੀ ਚਲੋ ਅਸੀਂ ਇੱਥੇ ਕੁਛ ਸੇਵਾ ਕਰਕੇ ਆਉਂਦੇ ਹਾਂ। ਪਰ ਉਦੋਂ ਅਸੀਂ ਕੁਛ ਫਰੂਟਸ ਲੈ ਕੇ ਆਏ ਸੀ, ਪਰ ਉਸ ਟਾਈਮ ਸ਼ਾਇਦ ਕਰੋਨਾ ਦੇ ਉਹਦੇ ਪ੍ਰੋਟੋਕਾਲ ਦੇ ਸਿਸਟਮ ਨਾਲ ਸਾਨੂੰ ਕਹਿੰਦੇ ਸੀ ਵੀ ਤੁਸੀਂ ਉੱਥੇ ਰੱਖ ਦਿਓ, ਵੀ ਪੇਸ਼ੈਂਟ ਨੇ ਵੀ ਤੁਸੀਂ ਆਪ ਨਹੀਂ ਸਰਵ ਕਰ ਸਕਦੇ, ਅਤੇ ਅਸੀਂ ਉਦੋਂ ਚਲੋ ਫਰੂਟਸ ਉੱਥੇ ਰੱਖ ਗਏ ਸੀ। ਲੇਕਿਨ ਦੁਬਾਰਾ ਅਸੀਂ ਕਹਿ ਕੇ ਗਏ ਸੀ ਵੀ ਅਸੀਂ ਅਗਲੀ ਵਾਰੀ ਆਵਾਂਗੇ, ਵੀ ਸਾਡੀ ਇੱਛਾ ਵੀ ਅਸੀਂ ਆਪ ਆ ਕੇ ਬੰਨੀਏ ਇਹੋ ਜਿਹੀ ਜਗ੍ਹਾ 'ਤੇ, ਅਸੀਂ ਆਪਣੇ ਹੱਥੀਂ ਅਸੀਂ ਲੋਕਾਂ ਨੂੰ ਖਿਲਾਉਂਦੇ ਹਾਂ। ਦੇਖੋ ਸਾਡਾ ਬਿਜ਼ਨਸ ਆ, ਉਹ ਸਾਨੂੰ ਪੈਸਾ ਵੀ ਦਿੰਦੇ, ਅਸੀਂ ਉੱਥੇ ਖਿਲਾਉਂਦੇ ਹਾਂ, ਸਾਰਾ ਕੁਛ ਕਰਦੇ ਹਾਂ। ਲੇਕਿਨ ਇੱਦਾਂ ਦੀ ਜਗ੍ਹਾ ਜਦੋਂ ਅਸੀਂ ਇਹਦੀਆਂ ਬੁੱਕਸ ਪੜ੍ਹੀਆਂ ਜਾਂ ਸਾਨੂੰ ਪਤਾ ਲੱਗਿਆ, ਸਾਡੀ ਇੱਛਾ ਸੀ ਵੀ ਅਸੀਂ ਖੁਦ ਜਾ ਕੇ ਉੱਥੇ ਸੇਵਾ ਕਰੀਏ ਜੀ। ਫਿਰ ਕਦੋਂ ਆਏ ਤੁਸੀਂ ਪਹਿਲੀ ਵਾਰੀ? ਅਸੀਂ ਲਾਸਟ ਈਅਰ ਵੀ ਆਏ ਸੀ ਇੱਥੇ, ਕਰੋਨਾ ਤੋਂ ਬਾਅਦ ਤਾਂ ਅਸੀਂ ਆਏ ਸੀਗੇ, ਉਦੋਂ ਅਸੀਂ ਅੰਦਰ ਨਹੀਂ ਆ ਸਕੇ, ਕਰੋਨਾ ਦੇ ਪ੍ਰੋਟੋਕਾਲ ਦੇ ਸਿਸਟਮ ਨਾਲ ਸਾਨੂੰ ਕਿਹਾ ਸੀ ਵੀ ਤੁਸੀਂ ਨੈਕਸਟ ਟਾਈਮ ਆਇਓ। ਅਤੇ ਲਾਸਟ ਈਅਰ ਵੀ ਅਸੀਂ ਆਏ ਸੀ, ਸਾਡਾ ਸੀਜ਼ਨ ਹੁੰਦਾ ਜੀ ਸਰਦੀਆਂ ਦਾ, ਸੀਜ਼ਨ ਤੋਂ ਬਾਅਦ ਅਸੀਂ ਸਾਰਾ ਸਟਾਫ ਨੂੰ ਕਿਹਾ ਵੀ ਆਪਾਂ ਉੱਥੇ ਸੇਵਾ ਕਰਕੇ ਆਉਣੀ ਹੈ। 2023 ਪਰ ਉਦੋਂ ਸਾਡੇ ਨਾਲ ਜਿੱਦਾਂ ਸਾਡੀ ਟੀਮ ਥੋੜ੍ਹੀ ਆਈ ਸੀ, ਉਦੋਂ ਅਸੀਂ ਤਕਰੀਬਨ 25 ਜਾਣੇ ਆਏ ਸੀ। ਫਿਰ ਜਿੱਦਾਂ ਸਭ ਨੂੰ ਪਤਾ ਲੱਗਿਆ ਵੀ ਅਗਲੀ ਵਾਰੀ ਆਪਾਂ ਸੇਵਾ 'ਤੇ ਫਿਰ ਜਾਣਾ, ਐਰਕੀ ਤਕਰੀਬਨ ਹੋਰ ਤਿਆਰ ਸੀਗੇ, ਸਾਰੇ ਹੀ ਤਿਆਰ ਸੀਗੇ, ਅਤੇ ਅਗਲੀ ਵਾਰੀ ਕੋਸ਼ਿਸ਼ ਆ ਵੀ ਸਾਡੀ ਹੋਰ ਵੀ ਜਿੰਨੀ ਟੀਮ ਆ ਸਾਰੀ ਇੱਥੇ ਆਵੇ। ਨਹੀਂ, ਇਹ ਬਹੁਤ ਚੰਗੀ ਗੱਲ ਹੈ ਵੀ ਪਹਿਲਾਂ ਤਾਂ ਇਹ ਵੀ ਤੁਹਾਡੀ ਆਪਸ 'ਚ ਪਿਆਰ ਬਣਿਆ ਹੋਇਆ, ਇਹ ਵੀ ਬੜੀ ਵੱਡੀ ਗੱਲ ਹੈ ਵੀ ਸਾਰੇ ਤੁਸੀਂ ਮਿਲ ਕੇ ਕੰਮ ਕਰਦੇ ਹੋ। ਹਾਂਜੀ, ਇਹ ਵੀ ਸਭ ਤੋਂ ਵੱਡਾ ਜ਼ਰੂਰੀ ਗੱਲ ਹੈਗੀ ਇਹਦੇ 'ਤੇ। ਜੈਲਸੀ ਬੜੀ ਹੈ ਲੋਕਾਂ 'ਚ, ਉਹ ਬੜੀ ਹੈ, ਹੰਕਾਰ ਬੜਿਆ, ਅਤੇ ਕੰਪੀਟੀਸ਼ਨ ਵੀ ਅੱਜ ਕੱਲ੍ਹ ਬਹੁਤ ਹੈ। ਅਤੇ ਇਸ ਤਰ੍ਹਾਂ ਤੁਸੀਂ ਮਤਲਬ ਪਿੰਗਲਵਾੜੇ ਨਾਲ ਜੁੜ ਕੇ ਫਿਰ ਤੁਹਾਨੂੰ ਮਹਿਸੂਸ ਕੀ ਹੁੰਦਾ ਹੋਇਆ? ਮਤਲਬ ਦੇਖੋ ਜੀ, ਇੱਦਾਂ ਵੀ ਸ਼ਾਇਦ ਇੱਥੇ ਆ ਕੇ ਜੇ ਇਨਸਾਨ ਬਹੁਤ ਵੱਡਾ ਇੱਕ ਵਹਿਮ ਚੱਕੀ ਫਿਰਦਾ ਨਾ, ਉਹ ਵਹਿਮ ਨਿਕਲ ਜਾਂਦਾ ਇੱਥੇ ਆ ਕੇ। ਅੱਛਾ, ਵੀ ਮੈਂ ਬਹੁਤ ਵੱਡਾ, ਹਾਂ ਇਹ ਨਿਕਲ ਜਾਂਦੀ, ਉਹ ਨਿਕਲ ਜਾਂਦਾ ਜਦੋਂ ਇੱਥੋਂ ਦਾ ਸਿਸਟਮ ਦੇਖਿਆ ਆ ਕੇ ਵੀ ਕਿੱਦਾਂ ਦੇ ਬੱਚੇ ਨੇ ਜਿਹੜੇ ਇੱਥੇ ਕੁਛ ਖਾ ਨਹੀਂ ਸਕਦੇ, ਉਹ ਆਪਦੀ ਮਰਜ਼ੀ ਨਾਲ ਚੱਲ ਨਹੀਂ ਸਕਦੇ, ਵੀ ਉਹਨਾਂ ਦੀ ਇੰਨੀ ਸੋਹਣੀ ਕੇਅਰ ਹੋ ਰਹੀ ਹੈ ਇੱਥੇ, ਅਤੇ ਬੜੀ ਖੁਸ਼ੀ ਮਹਿਸੂਸ ਹੋਈ ਵੀ ਉਹਨਾਂ ਦੀ ਅਸੀਂ ਸੇਵਾ ਕਰਨ ਆਏ ਹਾਂ ਇੱਥੇ, ਇੱਥੋਂ ਦਾ ਸਿਸਟਮ ਦੇਖ ਕੇ ਵੀ। ਰੱਬ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਰੱਬ ਕੀ ਸੀ? ਸ਼ਾਇਦ ਤੁਹਾਡੇ ਵਰਗੀ ਰੂਹਾਂ 'ਚ ਰੱਬ ਹੈ ਜੀ। ਜਿਹੜੇ ਗੁਰਬਾਣੀ ਪੜ੍ਹਦੇ ਆ ਜਾਂ
ਉਹਨਾਂ ਉਹ ਕੀ ਸਮਝਦੇ ਹੈ ਕਿ ਰੱਬ ਕਿੱਥੇ ਰਹਿੰਦਾ? ਦੇਖੋ ਅਸਲ ਰੱਬ ਤਾਂ ਇਹੀ ਹੈ, ਜੇ ਆਪਾਂ ਅੱਛਾ ਕੰਮ ਕਰਦੇ ਹਾਂ। ਰੱਬ ਪਤਾ ਕੀ ਹੈ? ਰੱਬ ਸਾਰੀ ਰਚਨਾ 'ਚ ਆਪ ਸਮਾਇਆ ਹੋਇਆ। ਹਾਂਜੀ, ਇੱਕ ਓਂਕਾਰ ਦਾ ਕੀ ਮਤਲਬ ਹੈ? ਇੱਕ ਓਂਕਾਰ ਦਾ ਮਤਲਬ ਰੱਬ ਇੱਕ ਹੈ, ਉਹ ਨਿਰਗੁਣ ਸਰੂਪ ਹੈ, ਉਹ ਤੁਹਾਨੂੰ ਦਿਖਦਾ ਨਹੀਂ ਹੈਗਾ। ਓਂਕਾਰ ਦਾ ਮਤਲਬ ਕੀ ਹੈ ਕਿ ਉਹ ਸਾਰੀ ਥਾਂ ਸਭ ਰਮਿਆ ਹੋਇਆ। ਹਾਂਜੀ, ਬੂਟਿਆਂ ਵਿੱਚ, ਪੰਛੀਆਂ ਵਿੱਚ, ਜਾਨਵਰਾਂ ਵਿੱਚ, ਸਾਰਿਆਂ ਦੇ ਵਿੱਚ ਉਹਦੀ ਹੋਂਦ ਹੈਗੀ ਹੈ, ਜੋ ਵੀ ਹੈ। ਇਹ ਤਾਂ ਖੁਸ਼ੀ ਤਾਂ ਮਿਲਦੀ ਹੈ ਜਦੋਂ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਬੱਚਿਆਂ ਦੀ ਸੇਵਾ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਰੱਬ ਦੀ ਸੇਵਾ ਹੁੰਦੀ ਹੈ। ਹਾਂਜੀ, ਕਿਉਂਕਿ ਰੱਬ ਸਾਰੇ ਜੀਆਂ 'ਚ ਵੱਸਦਾ। ਇਹ ਭਗਤ ਪੂਰਨ ਸਿੰਘ ਜੀ ਦੀ ਮਾਤਾ ਨੇ ਭਗਤ ਜੀ ਦੇ ਦਿਮਾਗ 'ਚ ਗੱਲ ਪਾ ਤੀ ਕਿ ਰੱਬ ਸਾਰੇ ਜੀਆਂ 'ਚ ਵੱਸਦਾ। ਔਰ ਮੈਂ ਇੱਕ ਵਾਰੀ ਜਦੋਂ ਉਹਨਾਂ ਦੇ ਜਿਹੜਾ ਇਹ ਵਰਜਨ ਮੈਂ ਵਿਡੋ ਸੀਗੇ, ਮਤਲਬ ਬਹੁਤ ਛੋਟੀ ਉਮਰ 'ਚ ਵਿਆਹ ਕਰ ਦਿੰਦੇ ਸੀ ਪਹਿਲਾਂ, ਅਤੇ ਉਹਨਾਂ ਦਾ ਜਿਹੜਾ ਘਰ ਵਾਲਾ ਸੀ ਉਹ ਪਹਿਲਾਂ ਹੀ ਮਕਲਾਵਾ ਆਉਣ ਤੋਂ ਪਹਿਲਾਂ ਮਕਲਾਵਾ ਆਇਆ ਹੀ ਅਤੇ ਬਿਮਾਰੀ ਪਿਆ ਸੀ ਉਹ, ਅਤੇ ਡੈਥ ਹੋ ਗਈ। ਅਤੇ ਉਹ ਫਿਰ ਪਿੰਡ ਦੇ ਜਿਹੜਾ ਸ਼ਾਹੂਕਾਰ ਸੀ ਉਹਦੇ ਨਾਲ ਚਾਦਰ ਚੂਦਰ ਪਾਲੀ ਜਿਵੇਂ ਕਹਿੰਦੇ ਆਪਣੇ ਪਿੰਡਾਂ ਦੇ ਵਿੱਚ, ਉਹ ਖੱਤਰੀ ਸੀਗੇ, ਇਹ ਸਿੱਖੀ ਧਰਮ ਨੂੰ ਬਿਲੋਂਗ ਕਰਦੇ ਸੀਗੇ ਮਾਤਾ ਜੀ। ਅਤੇ ਪਹਿਲਾਂ ਇੰਨਾ ਫਰਕ ਨਹੀਂ ਸੀ ਜਿਵੇਂ ਅੱਜ ਕੱਲ੍ਹ ਕਰਦੇ ਆ ਨਾ ਜੀ, ਉਹ ਫਲਾਣਾ ਹਿੰਦੂ, ਫਲਾਣਾ ਈਸਾਈ, ਫਲਾਣਾ, ਪਹਿਲਾਂ ਇੱਦਾਂ ਨਹੀਂ ਸੀ ਹੈਗਾ। ਪਹਿਲਾਂ ਸਾਰੇ ਇੱਕ ਧਰਮ ਦੂਜੇ ਧਰਮਾਂ ਦੀ ਇੱਜ਼ਤ ਕਰਦੇ ਸੀ ਸਾਰੇ, ਮਤਲਬ ਇਹ ਨਹੀਂ ਜਿਹੜੇ ਸਿੱਖ ਸੀ ਉਹਨਾਂ ਨੂੰ ਉਹ ਗੀਤਾ ਦਾ ਵੀ ਪਤਾ ਹੁੰਦਾ ਸੀ, ਉਹਨਾਂ ਨੂੰ ਮਹਾਂਭਾਰਤ ਦਾ ਵੀ ਸਾਰਾ ਪਤਾ ਹੁੰਦਾ ਸੀ, ਸਾਡੇ ਘਰ ਦੇ ਵੱਡੇ ਸਾਨੂੰ ਸੁਣਾਉਂਦੇ ਹੁੰਦੇ ਸੀ ਮਹਾਂਭਾਰਤ ਦੀਆਂ ਗੱਲਾਂ। ਹਾਂਜੀ, ਤਾਂ ਮਤਲਬ ਇੰਝ ਵਖਰੇਵੇਂ ਨਹੀਂ ਸੀ ਬਹੁਤੇ ਜਿਵੇਂ ਹੁਣ ਐਂ ਬਣ ਗਏ ਨਾ, ਜਿਵੇਂ ਇੱਟ ਕੁੱਤੇ ਦਾ ਵੈਰ ਹੁੰਦਾ। ਹੁਣ ਤਾਂ ਰਾਜਨੀਤੀ ਹੋ ਗਈ ਜੀ, ਰਾਜਨੀਤੀ ਬਹੁਤ ਹੀ ਜ਼ਿਆਦਾ ਹੀ ਬੁਰਾ ਹਾਲ ਹੈ। ਮਤਲਬ ਈਵਨ ਸਾਡੇ ਧਰਮ ਵਿੱਚ ਵੀ ਦੇਖੋ, ਪੰਜ ਗੁਰੂਆਂ ਤੱਕ ਮੁਸਲਮਾਨ ਕੀਰਤਨ ਕਰਦੇ ਰਹੇ। ਜੇ ਗੁਰੂ ਸਾਹਿਬ ਦੇ ਹੁੰਦੇ ਮੁਸਲਮਾਨ ਕੀਰਤਨ ਕਰ ਸਕਦੇ ਸੀ ਦਰਬਾਰ ਸਾਹਿਬ, ਤਾਂ ਹੁਣ ਕਿਉਂ ਨਹੀਂ ਕਰ ਸਕਦੇ? ਹੁਣ ਇਹਨਾਂ ਨੇ ਆਪਣੀ ਮਰਿਆਦਾ ਕਿਉਂ ਬਣਾ ਲਈ ਹੈ ਵੀ ਇੱਥੇ ਅੰਮ੍ਰਿਤਾ ਕੀ ਕਰਨਗੇ, ਅੰਮ੍ਰਿਤਾ ਹੀ ਭਾਵੇਂ ਜਾ ਕੇ ਸ਼ਰਾਬ ਪੀਂਦੇ ਹੋਣ ਰਾਤ ਨੂੰ। ਸੋ ਇਹ ਨਾ ਵੀ ਜਦੋਂ ਸਾਂਝੀ ਵਾਲਤਾ ਦੀ ਗੱਲ ਸੀ ਨਾ, ਉਹ ਪ੍ਰੈਕਟੀਕਲ ਸੀ ਪਹਿਲਾਂ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਰਾਜ ਸਾਰੀ ਉਮਰ ਮਰਦਾਨਾ ਜੀ ਰਹੇ, ਉਹ ਪੁੰਨ ਭਾਈ ਕਰਕੇ ਮੰਨਦੇ ਸੀ ਗੁਰੂ ਨਾਨਕ ਦੇਵ ਜੀ। ਅਤੇ ਹੁਣ ਅਸੀਂ ਇੰਨੇ ਵਖਰੇਵੇਂ ਕਿਉਂ ਕਰ ਲਏ ਹੈ ਨਾ? ਅਤੇ ਬੜਾ ਅੱਛਾ ਲੱਗਿਆ ਕਿ ਜਦੋਂ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨੇ ਤੋਂ ਵੱਡੇ ਸੀ ਨਾ, ਅਤੇ ਪਹਿਲਾਂ ਚੜ੍ਹਾਈ ਕਰ ਗਏ, ਅਤੇ ਹਾਲਤ ਉਹਨਾਂ ਦੀ ਜਦੋਂ ਖਰਾਬ ਹੋਈ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਮਰਦਾਨਾ ਮੰਗ ਕੀ ਮੰਗਣਾ? ਉਹ ਕਹਿੰਦੇ ਸਾਰੀ ਉਮਰ ਤੁਹਾਡਾ ਰਹਿ ਕੇ ਮੈਂ ਅਜੇ ਇਹ ਵੀ ਨਹੀਂ ਸਿੱਖਿਆ ਵੀ ਮੰਗਣਾ ਕੁਛ ਨਹੀਂ ਹੈਗਾ। ਨਹੀਂ ਕਹਿੰਦੇ ਫਿਰ ਵੀ ਕੁਛ ਤੇਰੀ ਗੱਲ ਹੋਵੇ ਤੇਰੇ ਦਿਲ 'ਚ ਅਤੇ ਕੋਈ ਤਾਂ ਗੱਲ ਕਰ। ਤਾਂ ਉਹ ਕਹਿੰਦੇ ਅੱਛਾ ਮਹਾਰਾਜ, ਜੇ ਤੁਸੀਂ ਤਰੁੱਠੇ ਹੀ ਹੋ ਤਾਂ ਇੱਕ ਬੇਨਤੀ ਹੈ ਕਿ ਜਿਵੇਂ ਮੈਨੂੰ ਇੱਥੇ ਆਪਣੇ ਨਾਲ ਰੱਖਿਆ ਬਾਅਦ 'ਚ ਵੀ ਇੰਝ ਹੀ ਰੱਖਿਓ। ਫਿਰ ਉਹ ਕਹਿੰਦੇ ਕਰ ਗਏ ਪਿੰਡ ਗਏ, ਅਤੇ ਫਿਰ ਦਸ ਤਾਂ ਬੱਚਿਆਂ ਨੂੰ ਵੀ ਤੁਹਾਡੇ ਪਿਤਾ ਜੀ ਤਾਂ ਬਾਅਦ ਚਲੇ ਗਏ ਇੰਨੇ ਹਨ, ਅਤੇ ਤੁਸੀਂ ਦੱਸੋ ਕੁਛ, ਸਾਰੀ ਉਮਰ ਮੇਰੇ ਨਾਲ ਰਹੇ ਹੈ ਅਤੇ ਤੁਹਾਡਾ ਵੀ ਤੁਹਾਨੂੰ ਵੀ ਬਹੁਤਾ ਪਿਆਰ ਦੇ ਸਕੇ, ਹੁਣ ਤੁਸੀਂ ਮੰਗੋ ਕੀ ਮੰਗਣਾ ਹੈਗਾ? ਉਹ ਕਹਿੰਦੇ ਸਾਡੇ ਤਾਂ ਪਿਤਾ ਜੀ ਨੂੰ ਤੁਸੀਂ ਛੋਟੇ ਨੂੰ ਹੀ ਲੈ ਗਏ, ਜਦੋਂ ਅਸੀਂ ਛੋਟੇ ਛੋਟੇ ਸੀ ਅਤੇ ਸਾਨੂੰ ਤਾਂ ਮੰਗਣਾ ਵੀ ਨਹੀਂ ਆਇਆ। ਅਤੇ ਨਹੀਂ ਕਹਿੰਦੇ ਫਿਰ ਸੋਚੋ, ਕਹਿੰਦੇ ਉਹਨਾਂ ਨੇ ਜੋ ਮੰਗਿਆ ਸੀ ਉਹ ਸਾਨੂੰ ਦੇ ਦਿਓ, ਜੋ ਸਾਡੇ ਅੱਬਾ ਨੇ ਮੰਗਿਆ ਹੋਣਾ ਹੈ ਤੁਸੀਂ ਉਹਨਾਂ ਨੂੰ ਵੀ ਤਾਂ ਪੁੱਛਿਆ ਹੋਣਾ ਨਾ, ਜੋ ਉਹਨਾਂ ਨੇ ਮੰਗਿਆ ਉਹ ਹੀ ਦੇ ਦਿਓ। ਕਹਿੰਦੇ ਚੱਲ ਫਿਰ ਬਾਬ ਚੱਕ ਚਲੀ, ਇੰਨੀ ਸਾਂਝ
ਅਤੇ ਅਸੀਂ ਫਿਰ ਖਰੇਵੇ ਪਾਈ ਜਾਂਦੇ ਹਾਂ, ਆਹ ਫਲਾਣਾ ਹਿੰਦੂ ਹੈ, ਫਲਾਣਾ ਸਿੱਖ ਹੈ, ਫਲਾਣਾ ਮੁਸਲਮਾਨ ਹੈ, ਇਹ ਫਲਾਣੇ ਨੇ ਗਊ ਊ ਮਾਰੀ ਜਾਂਦੇ ਚੱਕ ਕੇ ਲੋਕਾਂ ਨੂੰ, ਉਹਨੇ ਗਊ ਖਾ ਲਈ। ਇਹਦੇ ਫਿਰ ਮਿਲਟਰੀ ਦਾ ਬੰਦਾ ਅਤੇ ਉਹਨੂੰ ਮਾਰਤਾ ਵੀ, ਇਹਦੇ ਫਿਰ ਇਹਦੇ 'ਚ ਗਊ ਦਾ ਮਾਸਕ ਪਿਆ ਸੀ, ਨਾ ਟੈਸਟ ਕੀਤਾ, ਨਾ ਲੈਣਾ, ਨਾ ਦੇਣਾ। ਇਹ ਕੋਈ ਗੱਲ ਥੋੜ੍ਹਾ ਹੀ ਹੈ। ਹੁਣ ਕਹਿਣ ਨੂੰ ਤਾਂ ਗਊ ਸੈਸ ਲਾਇਆ ਹੋਇਆ ਇਹਨਾਂ ਨੇ, ਅਤੇ ਗਊਆਂ ਰੁਲਦੀਆਂ ਫਿਰਦੀਆਂ, ਟੱਕਰਾਂ ਮਾਰਦੀਆਂ, ਲੋਕਾਂ ਨੂੰ ਵੀ ਮਾਰਦੀਆਂ ਫਿਰਦੀਆਂ ਨੇ, ਐਕਸੀਡੈਂਟ ਹੁੰਦੇ ਨੇ। ਅਤੇ ਜੇ ਤੁਸੀਂ ਇਹਨਾਂ 'ਚ ਦੇਖੋ ਗਊਸ਼ਾਲਾ 'ਚ ਤਾਂ ਭੁੱਖੀਆਂ ਮਰਦੀਆਂ ਨੇ, ਉਹਦੇ ਨਾਲ ਤਾਂ ਚੰਗਾ ਵੀ ਉੱਦਾਂ ਮਾਰ ਦਿਓ ਜੇ ਭੁੱਖੀਆਂ ਮਾਰਨ ਨਾਲੋਂ ਤਾਂ। ਮਤਲਬ ਦਿਖਾਵੇ ਦਾ ਧਰਮ ਰਹਿ ਗਿਆ, ਕਹਿਣ ਤੋਂ ਮਤਲਬ ਹੈ ਵੀ ਦਿਖਾਵੇ ਦਾ ਧਰਮ ਰਹਿ ਗਿਆ। ਗਊਆਂ ਸਾਡੀਆਂ ਮਾਵਾਂ ਨੇ, ਹੈ ਮੱਝਾਂ ਨੂੰ ਬੇਸ਼ੱਕ ਮਾਰ ਦਿਓ, ਉਹਨਾਂ 'ਚ ਵੀ ਤਾਂ ਉਹੀ ਪੁਰਾਣ ਨੇ ਜਿਹੀ ਜੇ ਗਊਆਂ 'ਚ ਨੇ। ਗਊ ਨੂੰ ਮਾਤਾ ਤਾਂ ਕਿਹਾ ਜਾਂਦਾ ਸੀ ਕਿਉਂਕਿ ਬਲਦਾਂ ਨਾਲ ਖੇਤੀ ਹੁੰਦੀ ਸੀ, ਬਲਦਾਂ ਬਿਨਾਂ ਸਾਡੀ ਖੇਤੀ ਨਹੀਂ ਸੀ ਹੁੰਦੀ, ਅਤੇ ਬਲਦਾਂ ਨੂੰ ਭਰਾਵਾਂ ਵਾਂਗੂ ਕਰਦੇ ਸੀ। ਹੁਣ ਤਾਂ ਬਲਦ ਵੀ ਕਿਸੇ ਕੰਮ ਦੇ ਨਹੀਂ ਹੈਗੇ, ਤਾਂ ਤੁਰੇ ਫਿਰਦੇ ਵਿਚਾਰੇ ਧੱਕੇ ਖਾਂਦੇ। ਹਾਂਜੀ, ਹੁਣ ਤਾਂ ਅਮਰੀਕਨ ਗਊ ਆ ਗਏ, ਨਾ ਉਹਨਾਂ ਦੇ ਬੱਚੇ ਵੀ ਕਿਸੇ ਕੰਮ ਦੇ ਨਹੀਂ ਹੈਗੇ। ਤਾਂ ਮੇਰਾ ਮਤਲਬ ਹੈ ਵੀ ਗਲਤ ਜਿਹੜੀਆਂ ਧਾਰਨਾਵਾਂ ਸਾਡੇ 'ਚ ਬੜੀਆਂ ਹੋਈਆਂ, ਉਹ ਜੋ ਤੁਸੀਂ ਇਕੱਠੇ ਹੋ ਸਾਰੇ ਜਾਣੇ, ਮੈਨੂੰ ਬਹੁਤ ਚੰਗਾ ਲੱਗਿਆ ਵੀ ਤੁਸੀਂ ਸਾਰੇ ਇਕੱਠੇ ਕੰਮ ਕਰਦੇ ਹੋ, ਇੱਕ ਦੂਜੇ ਨਾਲ ਪਿਆਰ ਆ ਤੁਹਾਡਾ। ਅਤੇ ਪਿੰਗਲਵਾੜੇ ਆ ਕੇ ਬੰਦਾ ਇਹ ਸਿੱਖਦਾ ਹੈ ਕਿ ਸਾਂਝੀ ਵਾਲਤਾ ਦੀ ਗੱਲ ਸਿੱਖਦਾ। ਇੱਥੇ ਜਿਹੜੇ ਮਰੀਜ਼ ਆਉਂਦੇ ਆ, ਤੁਸੀਂ ਦੇਖਿਆ ਬੱਚੇ, ਉਹਨਾਂ ਨੇ ਕੀ ਦੱਸਣਾ ਅਸੀਂ ਕਿੱਥੋਂ ਆਏ ਹਾਂ, ਉਹਨਾਂ ਨੇ ਕੀ ਦੱਸਣਾ ਸਾਡਾ ਧਰਮ ਕੀ ਹੈ। ਉਹਨਾਂ ਨੇ ਤਾਂ ਨਾ ਹੀ ਨਹੀਂ ਪਤਾ ਹੁੰਦਾ ਮਰੀਜ਼ਾਂ ਨੂੰ, ਕਈਆਂ ਨੂੰ ਵੱਡੇ ਆ ਔਰਤਾਂ ਆਦਮੀ ਜਿਹੜੇ ਦਿਮਾਗੀ ਤਵਾਜਨ ਗੁਆ ਚੁੱਕਦੇ ਆ, ਉਹਨਾਂ ਨੂੰ ਆਪਣਾ ਨਾਮ ਹੀ ਨਹੀਂ ਯਾਦ ਹੁੰਦਾ ਕਈ ਵਾਰੀ। ਅਤੇ ਉਹਦਾ ਇਲਾਜ ਕਰਾਈਦਾ ਡੇਢ ਦੋ ਸਾਲ ਬਾਅਦ, ਫਿਰ ਉਹ ਆਪਣਾ ਦੱਸਦੇ ਆ ਵੀ ਅਸੀਂ ਸਾਡਾ ਫਲਾਣਾ ਐਡਰੈਸ ਹੈ, ਫਿਰ ਉਹਨਾਂ ਦੇ ਘਰ ਪਹੁੰਚਾਈਦਾ, ਕੋਈ ਆਸਾਮ ਤੋਂ, ਕੋਈ ਬਿਹਾਰ ਤੋਂ, ਕੋਈ ਕਿਤੋਂ, ਕਿਉਂਕਿ ਟਰਮੀਨਲ ਸਟੇਸ਼ਨ ਹੈ ਅਤੇ ਮਰੀਜ਼ ਜਿਹੜੇ ਨੇ ਬਾਹਰਲੀਆਂ ਸਟੇਟਾਂ ਤੋਂ ਆ ਜਾਂਦੇ। ਕੁਛ ਇੱਥੇ ਆਦਮੀ ਟਰੱਕਾਂ ਵਾਲੇ ਲਿਆਉਂਦੇ ਜਨਾਨੀਆਂ। ਇੱਕ ਲੇਡੀ ਆਈ, ਮੈਂ ਉਹਦੀ ਕਹਾਣੀ ਸੁਣਾਉਂਦੇ ਆ ਤੁਹਾਨੂੰ, ਅਤੇ ਉਹ ਅਤੇ ਉਹਨੂੰ ਛੱਡਣ ਆ ਗਏ, ਕਹੀ ਸਾਡੀ ਤਾਂ ਕੁਛ ਨਹੀਂ ਲੱਗਦੀ, ਕੁਦੇ ਇਸਣ ਆਏ ਤਾਂ। ਜਦੋਂ ਉਹਦਾ ਇਲਾਜ ਕਰਾਇਆ, ਉਹ ਠੀਕ ਹੋ ਗਈ, ਫਿਰ ਉਹਦੇ ਇਲਾਕੇ 'ਚੋਂ ਇੱਕ ਵਕੀਲ ਆ ਗਿਆ ਸਾਡੇ ਕੋਲ, ਉਹ ਵੀ ਸਿੱਖ ਧਰਮ 'ਤੇ ਅਧਿਐਨ ਕਰ ਰਿਹਾ ਸੀ, ਕਿਤਾਬਾਂ ਕਹਿੰਦਾ ਲੈਣੀਆਂ ਤੁਹਾਡੇ ਤੋਂ। ਅਤੇ ਮੈਨੂੰ ਕਹਿੰਦਾ ਵੀ ਤੁਸੀਂ ਦੱਸੋ ਵੀ, ਮੈਂ ਕਿਹਾ ਵੀ ਉਹ ਕਿਹੜੀ ਕਿੱਥੋਂ ਆਇਆ ਤੁਸੀਂ, ਪਤਾ ਨਹੀਂ ਆਸਾਮ ਤੋਂ ਸੀ ਕਿੱਥੋਂ। ਮੈਂ ਕਿਹਾ ਸਾਡੇ ਕੋਲ ਉੱਥੇ ਮਰੀਜ਼ ਹੈ, ਇੱਕ ਉਹਦੇ ਨਾਲ ਗੱਲਬਾਤ ਕਰੋ, ਉਹਨੂੰ ਪੁੱਛ ਕੇ ਦੱਸੋ ਸਾਰੀ ਗੱਲ ਕਿਵੇਂ ਦਿੱਤੀ ਉਹਦੇ ਨਾਲ। ਉਹਨੇ ਫਿਰ ਦੱਸਿਆ ਆਪਣੀ ਲੈਂਗੁਏਜ 'ਚ ਕਿ ਮੈਨੂੰ ਉਹ ਤੋਂ ਟਰੱਕ ਵਾਲਾ ਲਿਆਇਆ ਸੀ, ਵੀ ਮੇਰੇ ਇੱਥੇ ਬੱਚਾ ਹੋ ਗਿਆ, ਮੇਰਾ ਬੱਚਾ ਮਾਰਤਾ ਕਿ ਉਹ ਪ੍ਰੋਪਰਟੀ ਦਾ ਹਿੱਸੇਦਾਰ ਬਣੂਗਾ। ਫਿਰ ਉਸ ਤੋਂ ਬਾਅਦ ਮੈਂਟਲ ਹੋ ਗਈ, ਫਿਰ ਅਸੀਂ ਗਏ ਮਦਰਾਸ ਤੋਂ ਸੀ। ਮੈਂ ਕਿਹਾ ਮੈਂ ਹੁਣ ਤੂੰ ਤੈਨੂੰ ਭੇਜ ਦਈਏ ਘਰ, ਇਹ ਜਾਣਾ ਇਹ ਵਕੀਲ ਦੇ ਨਾਲ ਭੇਜ ਦਈਏ। ਕਹਿੰਦੀ ਨਹੀਂ, ਇਹਦੇ ਨਾਲ ਨਹੀਂ, ਆਦਮੀ ਨਾਲ ਨਹੀਂ ਜਾਣਾ। ਫਿਰ ਇੱਕ ਸੇਵਾਦਾਰ ਨੇ ਭੇਜੇ ਉਹਨੂੰ ਘਰ ਛੱਡ ਕੇ। ਮਤਲਬ ਸਾਡਾ ਜਿਹੜਾ ਵਿਹਾਰ ਹੈ, ਸਾਡੀ ਜਿਹੜੀ ਸੋਚ ਹੈ, ਉਹ ਜੋ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਉਹਦੇ ਬਿਲਕੁਲ ਅਸੀਂ ਉਲਟ ਹੈਗੇ ਹਾਂ। ਸਾਂਝੀ ਵਾਲਤਾ ਹੈ ਨੇ ਕਿਰਤ ਕਰਨੇ, ਨਾਮ ਜਪਣਾ, ਵੰਡ ਛਕਣਾ, ਹੰਕਾਰ ਤੋਂ ਦੂਰ ਰਹਿਣਾ, ਹੀਰਖਾ ਤੋਂ ਦੂਰ ਰਹਿਣਾ। ਮੈਂ ਕਹਿ ਰਹੀ ਸੀ ਵੀ ਹੁਣ ਜੰਗ ਦੇ ਵਿੱਚ ਤੁਸੀਂ ਦੇਖੋ, ਬਿਨਾਂ ਜੰਗ ਤੋਂ ਹੀ ਕੁੜੀਆਂ ਨਾਲ ਰੇਪ ਹੋਈ ਜਾਂਦੇ ਨੇ, ਅਤੇ ਜੰਗ ਵੇਲੇ ਬੰਗਲਾਦੇਸ਼ ਹੋਏ ਤਾਂ ਬਹੁਤ ਬੁਰਾ ਹਾਲ ਹੋਇਆ ਸੀਗਾ। ਇਹ ਗੁਰੂ ਸਾਹਿਬ ਨੇ ਇਹ ਸਿੱਖਾਂ ਦਾ ਜੀਵਨ ਹੀ ਉੱਚਾ ਬਣਾਇਆ ਸੀ। ਜੰਗ ਦੇ ਵਿੱਚ ਵੀ ਕਿਸੇ ਔਰਤ ਨੂੰ ਉਹਨੇ ਕੁਛ ਕਹਿਣਾ, ਕਿਸੇ ਭੱਜਦੇ ਜਾਂਦੇ ਨੂੰ ਉਹਨੇ ਕੁਛ ਕਹਿਣਾ, ਕਿਸੇ ਜ਼ਖਮੀ ਨੂੰ ਉਹਨੇ ਕੁਛ ਕਹਿਣਾ, ਇਹ ਨਾਲ ਅਸੂਲ ਸੀਗੇ, ਕਿਸੇ ਬੱਚੇ ਨੂੰ ਨਹੀਂ ਕੁਛ ਕਹਿਣਾ।
ਔਰਤ ਨੂੰ ਉਹਦੇ ਘਰ ਛੱਡ ਕੇ ਆਉਣਾ। ਤਾਂ ਕਰਕੇ ਜਿਹੜੀ ਸਿਰ ਸਿੱਖੀ ਵੱਡੀ ਚੀਜ਼ ਸੀ। ਹੁਣ ਆਪਾਂ ਮਤਲਬ ਮੰਤਰ ਵਾਂਗੂ ਪਾਠ ਕਰਦੇ ਹਾਂ, ਅਮਲ ਕਰਦੇ ਨਹੀਂ ਕਿਸੇ ਗੱਲ 'ਤੇ। ਅਤੇ ਭਗਤ ਜੀ 'ਚ ਇਹ ਫਰਕ ਹੈ ਕਿ ਭਗਤ ਪੂਰਨ ਸਿੰਘ ਹਰ ਗੱਲ 'ਤੇ ਅਮਲ ਕਰਦੇ ਸੀਗੇ। ਗੁਰਬਾਣੀ ਦੀ ਕੋਈ ਲਾਈਨ ਲੈ ਲਈਏ ਆਪਾਂ, ਉਹ ਭਗਤ ਜੀ ਦੇ ਤਣੁਕਦੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੇ, ਬਿਖਮ ਮਾਰਗ ਚਲਾ ਬਿਖਮ ਹੁੰਦਾ ਔਖਾ, ਲਭ ਲੋਭ ਹੰਕਾਰ ਤਜ ਦਿਸਣਾ ਬਹੁਤ ਨਾਹੀਂ ਬੋਲਣਾ, ਖੰਡਿਓ ਤਿੱਖੀ ਵਾਉ ਨੇ ਕਿ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜੀ ਨੇ ਆਪ ਤੋਂ ਜੇ ਹਰ ਵਾਸਨਾ ਸੰਭਾਲੇ ਕਹੇ ਨਾਮ ਚਾਲ ਭਗਤਾਂ ਜੋਗੋ ਜੁਗ ਨਿਰਾਲੀ। ਫਿਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਨੀਚਾ ਅੰਦਰ ਨੀਚ ਜਾਤ, ਨੀਚੀ ਹੋ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਭ ਕਹਿ ਰਹੀ ਸੀ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਉਹਨੂੰ ਪ੍ਰੈਕਟੀਕਲ ਰੂਲ ਦਿੱਤਾ, ਜਿੱਥੇ ਨੀਚ, ਨੀਚ ਕੌਣ ਹੁੰਦਾ? ਗਰੀਬ, ਜਿਹਨਾਂ ਜਿਹਦਾ ਕੋਈ ਬਾਲੀ ਵਾਰਸ ਨਹੀਂ ਹੈ, ਉਹ ਦਿੰਦੇ ਜਿੱਥੇ ਉਹਨਾਂ ਦੀ ਸੰਭਾਲ ਹੁੰਦੀ ਹੈ ਉੱਥੇ ਤੇਰੀ ਮਿਹਰ ਹੈ। ਇੱਥੇ ਕਿਉਂ ਜੀ ਲੱਗਦਾ ਕਿ ਫਿਰ ਤੁਹਾਨੂੰ ਉਹਦੀ ਮਿਹਰ ਨਜ਼ਰ ਆਉਂਦੀ ਹੈ, ਇੱਥੇ ਅਕਾਲ ਪੁਰਖ ਦੀ ਮਿਹਰ ਨਜ਼ਰ ਆਉਂਦੀ ਹੈ ਵੀ ਉਹਦੀ ਮਿਹਰ ਹੈਗੀ ਹੈ। ਜਿਹੜੇ ਬੱਚਿਆਂ ਨੂੰ ਪਾਲਣਾ, ਫਿਰ ਵੱਡਾ ਕਰਨਾ, ਫਿਰ ਉਹਨਾਂ ਨੂੰ ਮਤਲਬ ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹਾਉਣਾ, ਜਿਹੜੇ ਨੋਰਮਲ ਬੱਚੇ ਸਾਡੇ ਕੋਲ ਆਉਂਦੇ ਸੀ। ਕਈ ਬੱਚੇ ਪੈਦਾ ਹੀ ਇੱਥੇ ਹੁੰਦੇ ਆ, ਮੈਂਟਲ ਹੁੰਦੀਆਂ ਔਰਤਾਂ ਪ੍ਰੈਗਨੈਂਟ ਹੋ ਕੇ ਆ ਜਾਂਦੀਆਂ, ਫਿਰ ਉਹਨਾਂ ਦੇ ਬੱਚੇ ਇੱਥੇ ਪੈਦਾ ਹੁੰਦੇ ਆ, ਫਿਰ ਉਹਨਾਂ ਨੂੰ ਪੜ੍ਹਾਈਦਾ, ਵੱਡੇ ਕਰੀਦਾ। ਹੁਣ ਜਿਹੜੇ ਸੜਕਾਂ ਤੋਂ ਚੁੱਕ ਕੇ ਲਿਆਈਦੇ ਨੇ, ਵੱਡੇ ਹੋ ਗਏ, ਹੁਣ ਉਹ ਸਪੈਸ਼ਲ ਓਲੰਪਿਕਸ ਵਿੱਚ ਹਿੱਸਾ ਲੈਂਦੇ ਜਾ ਕੇ। ਇੱਕ ਹੁੰਦੀ ਹੈ ਓਲੰਪਿਕਸ ਨੋਰਮਲ ਬੰਦਿਆਂ ਲਈ, ਇੱਕ ਹੁੰਦੀ ਆ ਸਪੈਸ਼ਲ ਬੱਚਿਆਂ ਦੀਆਂ ਵੱਖਰੀਆਂ, ਇੱਕ ਹੁੰਦੀ ਆ ਪੈਰਾ ਓਲੰਪਿਕਸ ਜਿਹੜੇ ਫਿਜ਼ੀਕਲੀ ਹੁੰਦੇ। ਤਿੰਨ ਤਰ੍ਹਾਂ ਦੀਆਂ ਓਲੰਪਿਕਸ ਹੁੰਦੀਆਂ ਹੈਗੀਆਂ। ਜਿਹੜੀ ਤੁਹਾਡੇ ਨਾਲ ਕਰਨੀ ਸੀ ਉਹ ਵਾਤਾਵਰਨ ਦੀ ਹੈਗਾ। ਜਿਹੜਾ ਕੈਟਰਿੰਗ ਦੇ ਵਿੱਚ ਖਾਸ ਤੌਰ 'ਤੇ ਆਪਾਂ ਡਿਸਪੋਜ਼ੇਬਲ ਵੀ ਨਹੀਂ ਵਰਤਣੇ, ਉਹ ਵੀ ਬੰਦ ਕਰ ਦਈਏ। ਡਿਸਪੋਜ਼ੇਬਲ ਗਲਾਸ, ਡਿਸਪੋਜ਼ੇਬਲ ਤੁਸੀਂ ਜਿਵੇਂ ਰਾਇਤਾ ਜਿਹਾ ਭੇਜਿਆ ਡਿਸਪੋਜ਼ੇਬਲ 'ਚ। ਹਾਂਜੀ, ਪਲਾਸਟਿਕ ਦੇ ਬਾਰੇ ਇੰਨੀ ਸਟੱਡੀ ਆ ਗਈ ਹੈ ਵੀ ਤੁਹਾਡੇ ਸਾਹ 'ਚ ਹੀ ਪਲਾਸਟਿਕ ਹੈ, ਇਹ ਸਾਰਾ ਡਿਸਪੋ ਖਤਮ ਨਹੀਂ ਹੁੰਦਾ। ਪਲਾਸਟਿਕ ਪਲਾਸਟਿਕ ਇਹ ਪ੍ਰੋਬਲਮ ਹੈ, ਇਹਨੂੰ 1000 ਸਾਲ ਲੱਗਦਾ ਖਤਮ ਹੋਣ 'ਚ। 1000 ਸਾਲ ਤੁਹਾਡੀ ਧਰਤੀ ਬੰਜਰ ਹੀ ਹੋ ਜਾਣੀ ਹੈ ਪਲਾਸਟਿਕ ਕਰਕੇ, ਕਿਉਂਕਿ ਅਸੀਂ ਸਾਰਾ ਕੁਝ ਧਰਤੀ 'ਚ ਹੀ ਸੁੱਟਣਾ, ਹੋਰ ਤਾਂ ਕੋਈ ਤਰੀਕਾ ਨਹੀਂ ਹੈਗਾ। ਜਦੋਂ ਅਸੀਂ ਧਰਤੀ 'ਚ ਸੁੱਟਾਂਗੇ ਤਾਂ ਫਿਰ ਧਰਤੀ ਬੰਜਰ ਹੋ ਜੂ। ਅੱਗੇ ਵੀ ਤੁਸੀਂ ਦੇਖੋ, ਮੈਨੂੰ ਇਹ ਨਹੀਂ ਸਮਝ ਆਉਂਦੀ ਸਰਕਾਰ ਦੀ ਵੀ ਲੋਕਾਂ ਦੀ ਵੀ, ਰੋਟੀ ਨਾਲੋਂ ਸੜਕਾਂ ਜ਼ਿਆਦਾ ਜ਼ਰੂਰੀ ਨੇ। ਬੜੀ ਤਰੱਕੀ ਹੋ ਰਹੀ ਹੈ, ਬੜੀ ਤਰੱਕੀ ਹੋ ਰਹੀ ਹੈ, ਹੁਣ ਬੇਰੂ ਪਤਾ ਨਹੀਂ ਇਹ ਨਹੀਂ ਖੋਲ੍ਹਣਾ, ਵਾਹਗਾ ਬਾਰਡਰ ਨਹੀਂ ਖੋਲ੍ਹਣਾ, ਇੱਥੋਂ ਤਜਾਰਤ ਨਹੀਂ ਹੋਣੀ, ਗੁਜਰਾਤ ਵਿੱਚੋਂ ਤਜਾਰਤ ਹੋ ਸਕਦੀ ਹੈ ਪਾਕਿਸਤਾਨ ਨਾਲ, ਪਰ ਵਾਹਗਾ ਬਾਰਡਰ ਤੋਂ ਨਹੀਂ ਹੋ ਸਕਦੇ। ਪੰਜਾਬੀਆਂ ਨੂੰ ਉਹਦੇ ਥੰਨੇ ਲਾ ਕੇ ਰੱਖਣਾ ਹੈ। ਉਹ ਜਿਹੜੀ ਵੱਡੀ ਸਾਰੀ ਸੜਕ ਬਣ ਰਹੀ ਹੈ, ਉਹਦੇ ਕਿੰਨੀ ਜ਼ਮੀਨ ਖਰਚ ਹੋਈ ਇਹਦੇ 'ਚ, ਜਿਹੜੀ ਬਣਾ ਰਹੇ ਨਾ ਭਾਰਤ ਮਾਲਾ ਕੀ ਕਹਿੰਦੇ ਉਹਦਾ ਪ੍ਰੋਜੈਕਟ, ਉਹ ਕਿੰਨੀ ਜ਼ਮੀਨ ਖਤਮ ਹੋ ਜਾਣੀ ਹੈ। ਪਰ ਜੇ ਰੋਟੀ ਨਹੀਂ ਖਾਣੀ, ਸੜਕਾਂ ਹੀ ਖਾਈ ਜਾਣੀਆਂ। ਭਗਤ ਜੀ ਕਹਿੰਦੇ ਆ ਦੇਸ਼ ਤਾਂ ਬਚੇਗਾ ਜੇ ਜਿਹੜੇ ਨੇ ਮਤਲਬ ਪਹਿਲਾਂ ਸਾਰੇ ਪਿਆਰ ਨਾਲ ਰਹਿਣਗੇ, ਕੋਈ ਕਿਸੇ ਦਾ ਹੱਕ ਨਹੀਂ ਮਾਰੇਗਾ, ਅਤੇ ਪਿੰਡ ਦੀਆਂ ਬੜੀਆਂ ਚੀਜ਼ਾਂ, ਹੱਥ ਦੀਆਂ ਬੜੀਆਂ ਚੀਜ਼ਾਂ ਤੁਸੀਂ ਵਰਤੋਗੇ, ਚਾਹੇ ਜੁੱਤੇ ਨੇ ਚਾਹੇ ਉਹ ਕੱਪੜਾ, ਫਿਰ ਤਾਂ ਉਹਨਾਂ ਨੂੰ ਕੰਮ ਮਿਲੇਗਾ। ਹੁਣ ਅਸੀਂ ਕੀ ਕਰਦੇ ਹਾਂ, ਐਡੇ ਐਡੇ ਬਣਾ ਤੇ ਮਾਲ,
ਕੋਈ ਐਡੀਡਾਸ ਦੀ ਆ ਉਹਦੀ ਇੰਨੀ ਮਤਲਬ ਉਹਦੀ ਐਡਵਰਟਾਈਜ਼ਮੈਂਟ ਇੰਨੀ ਕਰਦੇ ਨੇ ਪੈਸੇ ਵਾਲੇ ਕਿ ਇੱਥੋਂ ਦੇ ਆ ਜਾਂਦੇ ਲੋਕ ਮਾਤਾ ਜੀ ਐਡੀਡਾਸ ਦੀ ਪਾਈ ਹੈ ਬ੍ਰਾਂਡ ਪਤਾ ਨਹੀਂ ਕਿਹੜੀਆਂ ਕਿਹੜੀਆਂ ਬ੍ਰਾਂਡਸ ਨੇ ਉਹਦੀ ਐਡਵਰਟਾਈਜ਼ਮੈਂਟ ਇੰਨੀ ਕਰ ਦਿੰਦੇ ਹੈ ਕਿ ਲੋਕ ਸ਼ਦਾਈ ਹੋ ਜਾਂਦੇ ਆ। ਇੱਕ ਮਾਲ 10 ਪਿੰਡਾਂ ਦੀ ਬਿਜਲੀ ਖਾਂਦਾ ਔਰ ਭਗਤ ਜੀ ਸੰਤ ਭਿੰਡਰਾਂ ਨਾਲ ਜਾ ਕੇ ਨਾ ਉਹ ਹੀਟਰ ਬਾਲਦੇ ਸੀਗੇ ਸਬਜ਼ੀ ਸੁਬਜ਼ੀ ਗਰਮ ਕਰਨ ਵਾਸਤੇ ਲੋੜਾਂ ਦੇ ਸੇਵਾਦਾਰ। ਹਾਂਜੀ ਫਿਰ ਭਗਤ ਜੀ ਬੜੇ ਔਖੇ ਵੀ ਉਹ ਬੰਦ ਕਰਾਓ ਹੀਟਰ, ਬਿਜਲੀ ਤਾਂ ਖੇਤਾਂ ਨੂੰ ਚਾਹੀਦੀ ਹੈ। ਬਿਲਕੁਲ ਉਹਨਾਂ ਨੇ ਦੋ ਤਿੰਨ ਜਣਿਆਂ ਨੂੰ ਕਿਹਾ ਦਰਦਾ ਵਗੈਰਾ ਕੁਝ ਆਵੇ ਨਾ, ਫਿਰ ਆਪੇ ਚਲੇ ਗਏ। ਇਹ ਸੰਤ ਜੀ ਸਾਡੀ ਬਹੁਤ ਇੱਜ਼ਤ ਹੈ, ਸੰਸਾਰ ਸੰਗਤਾਂ ਤੁਹਾਨੂੰ ਬਹੁਤ ਪਿਆਰ ਕਰਦੇ ਆ, ਪਰ ਇਹ ਹੈ ਨਾ ਵੀ ਬਿਜਲੀ ਤਾਂ ਚਾਹੀਦੀ ਹੈ ਖੇਤਾਂ ਨੂੰ, ਅਤੇ ਤੁਹਾਡੇ ਸੇਵਾਦਾਰ ਹੀਟਰ 'ਤੇ ਰੋਟੀਆਂ ਗਰਮ ਕਰਦੇ ਆ। ਐਂ ਕਰੋ ਵੀ ਇਹਨਾਂ ਨੂੰ ਕਹਿ ਦਿਓ ਵੀ ਗੈਸ ਥੋੜ੍ਹੇ ਥੋੜ੍ਹੇ ਤੁਸੀਂ ਔਡਰ ਕਰ ਦਿਓ ਗੈਸ ਸਿਲੰਡਰ ਦਾ। ਕਿੱਥੇ ਤਾਂ ਬੰਦਾ ਇੰਨਾ ਫਿਕਰ ਕਰਦਾ ਖੇਤਾਂ ਦਾ ਵੀ ਉਹਨਾਂ ਨੂੰ ਬਿਜਲੀ ਚਾਹੀਦੀ ਹੈ, ਅਤੇ ਜਿਹੜੇ ਖੇਤਾਂ ਵਾਲੇ ਉਹਨਾਂ ਨੂੰ ਕੋਈ ਫਿਕਰ ਨਹੀਂ, ਉਹ ਮਾਲਾਂ 'ਚ ਜਾ ਕੇ ਰਾਂਧਣਾ ਬੈਠਦੇ ਨੇ, ਨਾਲ ਮਾਲਾਂ 'ਚ ਜਾ ਕੇ ਚੀਜ਼ਾਂ ਖਰੀਦਦੇ ਨੇ। ਇੱਕ ਮਾਲ 10 ਪਿੰਡਾਂ ਦੀ ਬਿਜਲੀ ਖਾਂਦਾ। ਬਿਲਕੁਲ ਹੁਣ ਮਾਲ ਜ਼ਰੂਰੀ ਹੈ ਕਿ ਪਿੰਡਾਂ ਨੂੰ ਬਿਜਲੀ ਜ਼ਰੂਰੀ ਹੈ? ਪਰ ਅੱਜ ਕੱਲ੍ਹ ਲੋਕ ਨਹੀਂ ਮੰਨਦੇ। ਮੈਂ ਕਿਤੇ ਵੀ ਜਾਂਦੀ ਹਾਂ ਨਾ ਵਿਆਹ ਸ਼ਾਦੀ 'ਤੇ ਉਹੀ ਡਿਸਪੋਜ਼ੇਬਲ ਜੇ ਗਲਾਸ ਰੱਖੇ ਹੁੰਦੇ ਕੌਫੀ ਦੇ, ਹਾਂਜੀ ਮੈਂ ਨਹੀਂ ਪੀਂਦੀ ਉਹਦੇ 'ਚ। ਮੈਂ ਕਹਿੰਦੀ ਹਾਂ ਵੀ ਨਾ ਦੂਜਾ ਲਿਆਓ, ਕੱਪ ਲਿਆਓ ਚਾਹੇ ਗਲਾਸ 'ਚ ਪਿਆ ਦਿਓ, ਕੰਚ ਦੇ ਗਲਾਸ 'ਚ। ਇਹ ਨਹੀਂ ਤੁਸੀਂ ਇਹ ਬੋਤਲੇ ਬੰਦ ਕਰ ਦਿਓ, ਇਹ ਮੇਰੇ ਹੱਥ ਜੋੜ ਕੇ ਬੇਨਤੀ ਹੈ। ਪਲਾਸਟਿਕ ਜਿਹੜਾ ਬਹੁਤ ਸਰੀਰ ਲਈ ਖਤਰਨਾਕ ਹੈ, ਧਰਤੀ ਲਈ ਖਤਰਨਾਕ ਹੈ, ਕੰਨ ਉਗਣਾ ਕੱਖ ਨਹੀਂ ਹੈਗਾ, ਅਤੇ ਸਾਨੂੰ ਦੂਰ ਉਦੇਸ਼ ਹੋਣਾ ਚਾਹੀਦਾ ਅਤੇ ਸਾਨੂੰ ਪ੍ਰਚਾਰ ਵੀ ਕਰਨਾ ਚਾਹੀਦਾ ਇਸ ਗੱਲ ਦਾ।